ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ। ਸੋ ਡੱਲਾ ਜੀ, ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ, ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ, ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ, ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ, ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ, ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਜੋ ਜੀ, ਮੁੱਖ ਰੂਪ ਦੇ ਵਿੱਚ ਅੱਜ ਤਿੰਨ ਵੱਡੀਆਂ ਖਬਰਾਂ ਨੇ। ਇੱਕ ਇੱਕ ਕਰਕੇ ਇਹਨਾਂ ਤਿੰਨਾਂ ਖਬਰਾਂ ਤੇ ਐਨਾਲਿਸਿਸ ਦਾ ਸਿਲਸਿਲਾ ਮੈਂ ਅੱਗੇ ਵਧਾਊਂਗਾ। ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਬੀਜੇਪੀ ਦੇ ਵਿੱਚ ਜਿਹੜੀ ਇੱਕ ਨਵੀਂ ਤਰ੍ਹਾਂ ਦੀ ਅੰਦਰੂਨੀ ਸਿਆਸਤ ਹੈ ਪੰਜਾਬ 'ਚ। ਕਾਂਗਰਸ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਨਾਲ, ਕਾਂਗਰਸ ਦੇ ਕੁਝ ਹਾਈਕਮਾਂਡ ਵਿਰੋਧੀ ਲੀਡਰ ਕਿਸੇ ਵੀ ਕੀਮਤ ਤੇ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਨਹੀਂ ਲੜਨਾ ਚਾਹੁੰਦੇ। ਉਧਰ ਬੀਜੇਪੀ ਦੇ ਵਿੱਚ ਸਥਿਤੀ ਇਹ ਬਣੀ ਹੈ ਕਿ ਬੀਜੇਪੀ ਦਾ ਜਿਹੜਾ ਆਪਣਾ ਕਾਡਰ ਹੈ ਉਹ ਚਾਹੁੰਦਾ ਹੈ ਕਿ ਬੀਜੇਪੀ ਦੇ ਲੀਡਰਾਂ ਨੂੰ ਵੀ 2024 ਤੋਂ ਪਹਿਲਾਂ ਟਿਕਟਾਂ ਦਿੱਤੀਆਂ ਜਾਣ। ਪਰ ਸਥਿਤੀ ਬੀਜੇਪੀ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੀ ਬਣ ਰਹੀ ਹੈ ਕਿ ਬਹੁਤ ਸਾਰੀਆਂ ਸੀਟਾਂ ਨੇ ਪੰਜਾਬ ਦੇ ਵਿੱਚ ਬੀਜੇਪੀ ਦੀਆਂ, ਜਿੱਥੇ ਬੀਜੇਪੀ ਜਾਂ ਤਾਂ ਕਾਂਗਰਸ ਤੋਂ ਗਏ ਲੀਡਰਾਂ ਬਾਰੇ ਵਿਚਾਰ ਕਰ ਰਹੀ ਹੈ ਟਿਕਟ ਦੇਣ ਦੇ ਲਈ, ਜਾਂ ਅਕਾਲੀ ਦਲ ਤੋਂ ਆਏ। ਪਰ ਕਈ ਲੀਡਰ ਨੇ ਜਿਨ੍ਹਾਂ ਨੇ ਟਿਕਟਾਂ ਦੀਆਂ ਦਾਅਵੇਦਾਰੀਆਂ ਜਿਤਾ ਦਿੱਤੀਆਂ ਨੇ, ਜਿਹੜੇ ਕਾਂਗਰਸ ਤੋਂ ਗਏ ਨੇ, ਕਈ ਜਗ੍ਹਾ ਹੋਰਡਿੰਗਸ ਬੋਰਡ ਲੱਗਣ ਲੱਗ ਗਏ ਜਿਹਦੇ ਤੋਂ ਇਹ ਸੰਕੇਤ ਮਿਲਣ ਲੱਗ ਗਏ ਕਿ ਅਕਾਲੀ ਦਲ ਤੇ ਕਾਂਗਰਸ ਤੋਂ ਜਿਹੜੇ ਲੋਕ ਬੀਜੇਪੀ 'ਚ ਗਏ ਸੀ ਉਹ ਟਿਕਟਾਂ ਦੇ ਦਾਅਵੇਦਾਰ ਬਣ ਰਹੇ ਨੇ। ਇਹਦੇ ਨਾਲ ਬੀਜੇਪੀ ਦੇ ਵਿੱਚ ਇੱਕ ਅੰਦਰੂਨੀ ਪੱਧਰ ਦੇ ਉੱਤੇ ਖਿੱਚੋ ਤਾਣ ਚੱਲ ਰਹੀ ਹੈ। ਜਿਹੜਾ ਬੀਜੇਪੀ ਦਾ ਕਾਡਰ ਹੈ, ਜਿਹੜਾ ਕਮਿਟਡ ਵਰਕਰ ਹੈ, ਜਿਹੜੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ, ਜਿਨ੍ਹਾਂ ਨੇ ਪੰਜਾਬ ਦੇ ਕਾਲੇ ਦੌਰ ਦੇ ਸਮੇਂ ਵੀ ਭਾਰਤੀ ਜਨਤਾ ਪਾਰਟੀ ਲਈ ਕੰਮ ਕੀਤਾ, ਇਸ ਵਕਤ ਉਹ ਆਪਣੇ ਆਪ ਨੂੰ ਹਾਸ਼ੀਏ ਤੇ ਮਹਿਸੂਸ ਕਰ ਰਹੇ ਨੇ। ਕਿਤੇ ਨਾ ਕਿਤੇ ਪੰਜਾਬ 'ਚ ਇਸ ਵਕਤ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਬੜੀ ਦੁਚਿੱਤੀ ਵਾਲੀ ਸਥਿਤੀ 'ਚ ਹੈ। ਬੀਜੇਪੀ ਨੇ ਪ੍ਰਧਾਨ ਲਾਇਆ ਸੁਨੀਲ ਕੁਮਾਰ ਜਾਖੜ ਉਹਨਾਂ ਨੂੰ, ਜਿਹੜੇ ਕਿ ਪਹਿਲਾਂ ਕਾਂਗਰਸ ਦੇ ਵੀ ਪ੍ਰਧਾਨ ਰਹੇ। ਲੰਮਾ ਸਮਾਂ ਬੀਜੇਪੀ ਦੇ ਵਲੰਟੀਅਰ ਵਰਕਰ ਸੁਨੀਲ ਜਾਖੜ ਨਾਲ ਲੜਦੇ ਨੇ। ਸਾਨੂੰ ਪਤਾ ਹੈ ਗੁਰਦਾਸਪੁਰ ਦੀ ਜ਼ਿਮਨੀ ਚੋਣ 'ਚ ਵੀ ਇੱਕ ਪਾਸੇ ਸੁਨੀਲ ਜਾਖੜ ਸੀ ਤੇ ਇੱਕ ਪਾਸੇ ਬੀਜੇਪੀ ਦੇ ਕੈਂਡੀਡੇਟ ਸੀ, ਤੇ ਸੁਨੀਲ ਜਾਖੜ ਉੱਥੋਂ ਇੱਕ ਵਾਰ ਜਿੱਤੇ ਵੀ ਹੈ ਜਦੋਂ ਜ਼ਿਮਨੀ ਚੋਣ ਸੀ ਕੈਪਟਨ ਅਮਰਿੰਦਰ ਵੇਲੇ। ਪਰ ਹੁਣ ਸਥਿਤੀਆਂ ਬਦਲੀਆਂ ਨੇ ਕਿਉਂਕਿ ਗੁਰਦਾਸਪੁਰ ਦੇ ਵਿੱਚ ਫਿਰ ਸੰਨੀ ਦਿਓਲ ਆਏ। ਪਰ ਇਸ ਵਾਰ ਇਹ ਮੰਨਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਨੂੰ, ਕਿਉਂਕਿ ਬਤੌਰ ਪ੍ਰਧਾਨ ਇੱਕ ਟਾਰਗੇਟ ਹੈ, ਇੱਕ ਜ਼ਿੰਮੇਦਾਰੀ ਹੈ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣਾ। ਲੇਕਿਨ ਸੁਨੀਲ ਜਾਖੜ ਅੱਗੇ ਦਿੱਕਤ ਇਹ ਹੈ ਕਿ ਕੀ ਉਹ ਖੁਦ ਚੋਣ ਲੜਨਗੇ। ਹਾਲਾਂਕਿ ਉਹ ਕਹਿ ਚੁੱਕੇ ਨੇ ਕਿ ਮੈਂ ਲੜਾਊਂਗਾ, ਲੜਨਾ ਨਹੀਂ। ਪਰ ਅਜਿਹੇ ਹਾਲਾਤਾਂ ਦੇ ਵਿੱਚ ਸੁਨੀਲ ਜਾਖੜ ਅੱਗੇ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਕੀ ਉਹ ਆਪਣੇ ਉਹਨਾਂ ਸਾਥੀਆਂ ਨੂੰ ਟਿਕਟਾਂ ਦੇਣ ਦੀ ਵਕਾਲਤ ਕਰਨਗੇ ਜਿਹੜੇ ਉਹਨਾਂ ਦੇ ਨਾਲ ਕਾਂਗਰਸ ਛੱਡ ਕੇ ਆਏ ਨੇ, ਜਾਂ ਕੈਪਟਨ ਅਮਰਿੰਦਰ ਦੇ ਨਾਲ ਬੀਜੇਪੀ 'ਚ ਆਏ ਨੇ, ਜਾਂ ਸੁਨੀਲ ਜਾਖੜ ਉਹਨਾਂ ਵਿਅਕਤੀਆਂ ਨੂੰ ਟਿਕਟਾਂ ਦੇਣ ਲਈ ਯਤਨਸ਼ੀਲ ਨੇ ਜਿਹੜੇ ਵਿਅਕਤੀ ਖੁਦ ਲੰਮਾ ਸਮਾਂ ਬੀਜੇਪੀ 'ਚ ਰਹੇ ਨੇ। ਹਾਲਾਂਕਿ ਬੀਜੇਪੀ ਦੇ ਵਿੱਚ ਜਿਹੜਾ ਟਿਕਟਾਂ ਦੇਣ ਦਾ ਜਿਹੜਾ ਫੈਸਲਾ ਹੈ ਉਹ ਉਹਨਾਂ ਦਾ ਸੰਸਦੀ ਬੋਰਡ ਹੈ ਉਹ ਕਰਦਾ ਹੈ। ਇਹਦੇ 'ਤੇ ਬਹੁਤਾ ਜ਼ਿਆਦਾ ਦਖਲ ਸੂਬੇ ਦੀ ਇਕਾਈ ਦਾ ਕਦੇ ਵੀ ਨਹੀਂ ਰਿਹਾ। ਪਰ ਇਸ ਦੇ ਬਾਵਜੂਦ ਵੀ ਇਹ ਮੰਨਿਆ ਜਾ ਰਿਹਾ ਕਿ ਦਬਾਅ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ 'ਤੇ ਇਸ ਵਕਤ ਇਹ ਬਣ ਰਿਹਾ, ਜਦੋਂ ਗੱਲ ਪੰਜਾਬ ਦੀ ਹੁੰਦੀ ਹੈ, ਕਿ ਪੰਜਾਬ ਤੋਂ ਉਹ ਲੀਡਰਾਂ ਨੂੰ ਟਿਕਟ ਲਈ ਤਵੱਜੋ ਦਿੱਤੀ ਜਾਵੇ ਜਿਹੜੇ ਕਾਂਗਰਸ ਜਾਂ ਅਕਾਲੀ ਦਲ ਛੱਡ ਕੇ ਆਏ।
ਦੋ ਤਿੰਨ ਚਿਹਰੇ ਇਸ ਤਰ੍ਹਾਂ ਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਗੇ ਵਧੇ ਨੇ। ਇਹ ਮੰਨਿਆ ਜਾ ਰਿਹਾ ਕਿ ਸੰਗਰੂਰ, ਲੁਧਿਆਣਾ, ਇਹਦੇ ਨਾਲ ਨਾਲ ਗੁਰਦਾਸਪੁਰ ਦੇ ਵਿੱਚ ਤਾਂ ਚਲੋ ਉਹਨਾਂ ਦੇ ਆਪਣੇ ਜਿਹੜੇ ਸਾਬਕਾ ਕੈਂਡੀਡੇਟ ਸੀ ਵਿਨੋਦ ਖੰਨਾ, ਉਹਨਾਂ ਦੀ ਧਰਮ ਪਤਨੀ, ਉਹਨਾਂ ਦਾ ਨਾਮ ਕਾਫੀ ਜ਼ਿਆਦਾ ਚਰਚਿਤ ਹੈ। ਫਿਰੋਜ਼ਪੁਰ, ਸੰਗਰੂਰ, ਬਠਿੰਡਾ, ਲੁਧਿਆਣਾ, ਇਹ ਕੁਝ ਉਹ ਜ਼ਿਲ੍ਹੇ ਨੇ ਜਿੱਥੇ ਉਹਨਾਂ ਲੀਡਰਾਂ ਦੇ ਨਾਮ ਚਰਚਿਤ ਨੇ ਜਿਹੜੇ ਜਾਂ ਤਾਂ ਕਾਂਗਰਸ ਤੋਂ ਗਏ ਨੇ ਜਾਂ ਅਕਾਲੀ ਦਲ ਤੋਂ ਗਏ ਨੇ। ਇਸ ਕਰਕੇ ਬਹੁਤ ਸਾਰੇ ਜਿਹੜੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ, ਉਹ ਲੀਡਰ ਜਿਹੜੇ ਲੰਮੇ ਸਮੇਂ ਤੋਂ ਬੀਜੇਪੀ ਦੇ ਲਈ ਕੰਮ ਕਰਦੇ ਰਹੇ ਨੇ, ਉਹ ਚਿੰਤਤ ਵੀ ਨੇ ਔਰ ਇੱਕ ਨਵੀਂ ਤਰ੍ਹਾਂ ਦਾ ਮੁਕਾਬਲਾ ਬੀਜੇਪੀ ਦੇ ਵਿੱਚ ਟਿਕਟਾਂ ਦੀ ਵੰਡ ਤੋਂ ਪਹਿਲਾਂ ਇਹ ਚੱਲ ਰਿਹਾ। ਇਹ ਬੜੀ ਦਿਲਚਸਪ ਜਿਹੀ ਸਥਿਤੀ ਮੈਨੂੰ ਪਤਾ ਲੱਗੀ। ਇਹ ਵੀ ਪਤਾ ਲੱਗਿਆ ਕਿ ਜਿਹੜਾ ਇੰਟੈਲੀਜੈਂਸ ਵਿੰਗ ਦਾ ਪੰਜਾਬ ਦਾ ਜਿਹੜਾ ਇੰਟੈਲੀਜੈਂਸ ਮਹਿਕਮਾ ਹੈ, ਉਹ ਵੀ ਇਸ ਤਰ੍ਹਾਂ ਦੀਆਂ ਕੁਝ ਰਿਪੋਰਟਾਂ ਇਕੱਠੀਆਂ ਕਰ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਉਮੀਦਵਾਰ ਕਿਸ ਤਰ੍ਹਾਂ ਦੇ ਹੋ ਸਕਦੇ ਨੇ, ਕਿਸ ਤਰ੍ਹਾਂ ਦੀ ਇਸ ਵਕਤ ਅੰਦਰ ਖਾਨੇ ਜਿਹੜੀ ਸਿਆਸਤ ਹੈ ਉਹ ਟਿਕਟਾਂ ਦੀ ਵੰਡ ਜਾਂ ਉਮੀਦਵਾਰਾਂ ਦੇ ਦਾਅਵਿਆਂ ਦੀ ਚੱਲ ਰਹੀ। ਦੂਜੇ ਪਾਸੇ ਇੱਕ ਸੰਭਾਵਨਾ ਇਹ ਹੈ ਕਿ ਅਗਰ ਭਵਿੱਖ 'ਚ ਅਕਾਲੀ ਦਲ ਔਰ ਬੀਜੇਪੀ ਦਾ ਸਮਝੌਤਾ ਹੁੰਦਾ ਤਾਂ ਫਿਰ ਕੀ ਹੋਏਗਾ? ਅਗਰ ਅਕਾਲੀ ਦਲ ਔਰ ਬੀਜੇਪੀ ਦਾ ਸਮਝੌਤਾ ਹੁੰਦਾ ਉਹ ਕਿਹੜੇ ਫਾਰਮੂਲੇ ਤਹਿਤ ਹੁੰਦਾ? ਕਿ ਪੁਰਾਣੀ ਤਰ੍ਹਾਂ ਹੀ ਉਹ ਸਮਝੌਤਾ ਜਾਰੀ ਰਹੇਗਾ ਜਿੱਥੇ ਭਾਰਤੀ ਜਨਤਾ ਪਾਰਟੀ 3 ਸੀਟਾਂ ਦੇ ਚੋਣ ਲੜਦੀ ਸੀ ਅਤੇ 10 ਸੀਟਾਂ ਸ਼੍ਰੋਮਣੀ ਅਕਾਲੀ ਦਲ ਕੋਲੇ ਸੀ? ਅਗਰ ਅਜਿਹੇ ਹਾਲਾਤਾਂ ਦੇ ਵਿੱਚ ਦੁਬਾਰਾ ਸਮਝੌਤਾ ਹੁੰਦਾ ਤੇ ਫਿਰ 10 ਸੀਟਾਂ ਅਕਾਲੀ ਦਲ ਨੂੰ ਚਲੀਆਂ ਜਾਣੀਆਂ ਨੇ ਤੇ ਬੀਜੇਪੀ ਕੋਲੇ ਉਹਨਾਂ ਦੀਆਂ ਪਰੰਪਰਾਗਤ 3 ਸੀਟਾਂ ਰਹਿਣਗੀਆਂ ਅਗਰ ਉਹਨਾਂ ਸ਼ਰਤਾਂ ਤੇ ਸਮਝੌਤਾ ਹੁੰਦਾ। ਪਰ ਇਹਦੀ ਉਮੀਦ ਘੱਟ ਹੈ। ਇਹ ਮੰਨਿਆ ਜਾ ਰਿਹਾ ਕਿ ਸਮਝੌਤਾ ਉਸ ਵੇਲੇ ਹੀ ਮੁਕਾਮ ਤੇ ਪਹੁੰਚੇਗਾ ਜਦੋਂ ਸੀਟਾਂ ਦੀ ਵੰਡ ਬਰਾਬਰ ਦੀ ਹੋਏਗੀ। ਹੁਣ ਅਗਰ ਸੀਟਾਂ ਦੀ ਵੰਡ ਬਰਾਬਰ ਦੀ ਹੁੰਦੀ ਹੈ, ਮੰਨ ਲਓ 7-6 ਜਾਂ 6-7 ਹੁੰਦੀ ਹੈ, ਤੇ ਫਿਰ ਵੀ ਬੀਜੇਪੀ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਮਾਰਾਮਾਰੀ ਬਹੁਤ ਰਹਿਣੀ ਹੈ। ਕਿਹੜੀਆਂ ਸੀਟਾਂ ਅਕਾਲੀ ਦਲ ਕੋਲ ਚਲੀਆਂ ਜਾਣਗੀਆਂ, ਕਿਹੜੀਆਂ ਬੀਜੇਪੀ ਕੋਲ ਰਹਿਣਗੀਆਂ, ਫਿਰ ਉਹਨਾਂ ਦੇ ਵਿੱਚੋਂ ਵੀ ਕਿਹੜੇ ਦਾਅਵੇ ਨੇ ਜਿਹੜੇ ਬੀਜੇਪੀ ਦੇ ਆਪਣੇ ਲੀਡਰਾਂ ਦੇ ਰਹਿਣਗੇ ਤੇ ਕਿਹੜੇ ਦਾਅਵੇ ਕਾਂਗਰਸ ਤੋਂ ਆਏ ਲੀਡਰਾਂ ਦੇ ਰਹਿਣਗੇ। ਇਹ ਵੀ ਬੜੀ ਦਿਲਚਸਪ ਸਥਿਤੀ ਬੀਜੇਪੀ ਦੇ ਵਿੱਚ ਬਣਦੀ ਨਜ਼ਰ ਆਉਂਦੀ ਹੈ। ਸੋ ਇਹ ਪਹਿਲੀ ਵਾਰ ਹੈ ਜਦੋਂ ਬੀਜੇਪੀ ਦੇ ਲੀਡਰਾਂ ਨੂੰ ਲੱਗਿਆ ਸੀ ਕਿ ਅਸੀਂ ਆਪਣੇ ਦਮ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਤੌਰ ਤੇ ਲੋਕ ਸਭਾ 'ਚ ਪਹੁੰਚ ਸਕਦੇ ਹਾਂ, ਆਪਣੇ ਦਮ ਤੇ ਅਸੀਂ ਚੋਣਾਂ ਲੜਾਂਗੇ, ਪਰ ਬੀਜੇਪੀ ਦੇ ਕਾਡਰ ਨੂੰ ਕਿਤੇ ਨਾ ਕਿਤੇ ਮੁਕਾਬਲਾ ਉਹਨਾਂ ਲੀਡਰਾਂ ਨਾਲ ਟਿਕਟ ਹਾਸਲ ਕਰਨ ਲਈ ਕਰਨਾ ਪੈ ਰਿਹਾ ਜਿਹੜੇ ਕਾਂਗਰਸ ਜਾਂ ਅਕਾਲੀ ਦਲ ਤੋਂ ਆਏ। ਕਿਸੇ ਵੇਲੇ ਅਕਾਲੀ ਦਲ ਦਾ ਸਮਝੌਤਾ ਸੀ ਤੇ ਬੀਜੇਪੀ ਦਾ ਜਿਹੜਾ ਕਾਡਰ ਹੈ ਉਹ ਮਨ ਸਮਝਾ ਲੈਂਦਾ ਸੀ ਕਿ ਸਾਡਾ ਸਮਝੌਤਾ ਹੈ, ਅਸੀਂ 3 ਸੀਟਾਂ ਲੜਨੀਆਂ ਨੇ, ਪਰ ਹੁਣ ਵੀ ਉਹਨਾਂ ਦਾ ਆਪਣੇ ਦਮ ਤੇ ਬੀਜੇਪੀ ਦੇ ਵਰਕਰ ਵਲੰਟੀਅਰ ਅਹੁਦੇਦਾਰ ਦੇ ਤੌਰ ਤੇ ਜਿਹੜਾ ਚੋਣ ਲੜਨ ਦਾ ਜਿਹੜਾ ਸੁਪਨਾ ਹੈ ਕਿਤੇ ਨਾ ਕਿਤੇ ਉਹ ਦੁਵਿਧਾ ਦੇ ਵਿੱਚ ਹੈ, ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ। ਸੋ ਬੀਜੇਪੀ ਦੀ ਅੰਦਰੂਨੀ ਸਥਿਤੀ ਇਸ ਵਕਤ ਇਹ ਬਣੀ ਹੈ। ਪਟਿਆਲਾ ਦੇ ਵਿੱਚ ਬੀਬੀ ਪਰਨੀਤ ਕੌਰ ਦਾ ਦਾਅਵਾ ਮੰਨਿਆ ਜਾ ਰਿਹਾ, ਭਾਵੇਂ ਹਾਲੇ ਕਾਂਗਰਸ 'ਚ ਨੇ ਪਰ ਚੋਣਾਂ ਤੋਂ ਪਹਿਲਾਂ ਉਹਨਾਂ ਬਾਰੇ ਚਰਚਾ ਹੈ ਕਿ ਉਹ ਵੀ ਬੀਜੇਪੀ 'ਚ ਜਾ ਸਕਦੇ ਨੇ ਕਿਉਂਕਿ ਬੀਜੇਪੀ ਦੇ ਕਈ ਮੰਚਾਂ 'ਤੇ ਉਹ ਨਜ਼ਰ ਆਉਂਦੇ। ਹੁਣ ਅਗਰ ਪਟਿਆਲਾ ਬੀਜੇਪੀ ਕੋਲ ਚਲਿਆ ਗਿਆ ਤੇ ਉੱਥੇ ਵੀ ਬੀਜੇਪੀ ਦਾ ਜਿਹੜਾ ਪਰੰਪਰਾਗਤ ਕਾਡਰ ਹੈ ਉਹ ਟਿਕਟ ਤੋਂ ਵੰਚਿਤ ਰਹੂਗਾ। ਸੰਗਰੂਰ 'ਚ ਵੀ ਕਾਂਗਰਸ ਦੇ, ਪਿਛਲੀ ਵਾਰੀ ਵੀ ਕਾਂਗਰਸ ਤੋਂ ਗਏ ਕੇਵਲ ਸਿੰਘ ਢਿੱਲੋਂ, ਉਹਨਾਂ ਨੇ ਟਿਕਟ ਲੜੀ ਸੀ, ਚੋਣ ਲੜੀ ਸੀ। ਇਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀ ਇੱਕ ਕਾਂਗਰਸ ਦੇ ਲੀਡਰ ਦਾ ਨਾਮ ਵਿਚਾਰਿਆ ਜਾ ਰਿਹਾ। ਇਸ ਤਰੀਕੇ ਦੀਆਂ ਚਰਚਾਵਾਂ ਨੇ ਜਿਹੜੇ ਕਿ ਕੁਝ ਸਮਾਂ ਪਹਿਲਾਂ ਹੀ ਕਾਂਗਰਸ 'ਚ ਸ਼ਾਮਲ ਹੋ ਬੀਜੇਪੀ 'ਚ ਸ਼ਾਮਲ ਹੋਏ ਸੀ। ਸੋ ਸ਼੍ਰੀ ਅਨੰਦਪੁਰ ਸਾਹਿਬ, ਪਟਿਆਲਾ, ਸੰਗਰੂਰ, ਲੁਧਿਆਣਾ, ਬਠਿੰਡਾ,
ਫਿਰੋਜ਼ਪੁਰ ਬਹੁਤ ਸਾਰੀਆਂ ਸੀਟਾਂ ਤੇ ਕਾਂਗਰਸੀ ਜਾਂ ਅਕਾਲੀ ਦਲ ਦੀ ਜਿਹੜੀ ਜਿਹੜੀ ਰਵਾਇਤੀ ਪਾਰਟੀ ਚੋਂ ਆਏ ਲੋਕ ਨੇ ਉਹ ਇਸ ਵਕਤ ਮੋਹਰੀ ਕਤਾਰ 'ਚ ਨੇ ਟਿਕਟਾਂ ਦੀ ਦਾਅਵੇਦਾਰੀ ਦੇ ਵਿੱਚ। ਔਰ ਜਿੱਥੋਂ ਤੱਕ ਗੱਲ ਰਹਿ ਗਈ ਹੁਸ਼ਿਆਰਪੁਰ ਦੀ, ਜਿੱਥੋਂ ਸੋਮ ਪ੍ਰਕਾਸ਼ ਮੰਤਰੀ ਨੇ ਕੀ ਉਹਨਾਂ ਨੂੰ ਬਤੌਰ ਮੰਤਰੀ ਟਿਕਟ ਮਿਲਦੀ ਹੈ ਜਾਂ ਕਿਸੇ ਹੋਰ ਨੂੰ ਜ਼ਿੰਮੇਦਾਰੀ ਦਿੱਤੀ ਜਾਂਦੀ ਹੈ, ਕਿਉਂਕਿ ਸੋਮ ਪ੍ਰਕਾਸ਼ ਉਹਨਾਂ ਦੀ ਉਮਰ ਵੀ ਕਾਫ਼ੀ ਜ਼ਿਆਦਾ ਇਸ ਵਕਤ ਹੋ ਗਈ ਹੈ। ਦੂਜੇ ਪਾਸੇ ਸਨੀ ਦਿਓਲ ਨੇ ਇਸ ਵਕਤ ਚੋਣ ਨਹੀਂ ਲੜਨੀ, ਇਸ ਵਾਰ ਚੋਣ ਨਹੀਂ ਲੜਨੀ ਉਹਨਾਂ ਨੇ ਪਹਿਲਾਂ ਹੀ ਐਲਾਨ ਕਰਤਾ ਸੀ। ਉਂਝ ਵੀ ਸਨੀ ਦਿਓਲ ਨੇ ਕੰਮ ਇੰਨੇ ਜ਼ਿਆਦਾ ਕਰਤੇ ਕਿ ਬੀਜੇਪੀ ਦੇ ਲੋਕ ਆਪ ਚਿੰਤਤ ਨੇ ਕਿ ਇੰਨੇ ਜ਼ਿਆਦਾ ਕੰਮ ਕਰਨ ਤੋਂ ਬਾਅਦ ਹਲਕੇ ਦੇ ਲੋਕ ਸਾਨੂੰ ਕਿੰਨੀਆਂ ਕੁ ਵੋਟਾਂ ਪਾਉਣਗੇ। ਇੰਨੇ ਜ਼ਿਆਦਾ ਕੰਮ ਤੋਂ ਮਤਲਬ ਸਾਰਿਆਂ ਨੂੰ ਪਤਾ ਇਹਦਾ ਮਤਲਬ ਕੀ ਹੈ। ਸੋ ਸਨੀ ਦਿਓਲ ਉੱਥੇ ਦਿਖੇ ਹੀ ਨਹੀਂ ਔਰ ਲੋਕ ਨਾਰਾਜ਼ ਬਹੁਤ ਜ਼ਿਆਦਾ ਨੇ। ਬੀਜੇਪੀ ਦੇ ਉਮੀਦਵਾਰ ਅੰਮ੍ਰਿਤਸਰ 'ਚ ਕੌਣ ਹੋਣਗੇ? ਪਿਛਲੀ ਵਾਰੀ ਪੁਰੀ ਸਾਹਿਬ ਉਹਨਾਂ ਨੇ ਉਤਾਰੇ ਲੇਕਿਨ ਉਹ ਨਹੀਂ ਜਿੱਤ ਸਕੇ। ਇਸ ਵਾਰ ਉਹਨਾਂ ਦੀ ਵੀ ਕੋਈ ਬਹੁਤ ਹੀ ਸਰਗਰਮੀ ਨਹੀਂ ਦਿਖ ਰਹੀ ਅੰਮ੍ਰਿਤਸਰ ਸਾਹਿਬ ਤੋਂ। ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਇੱਕ ਪੁਰਾਣੇ ਜਿਹੜੇ ਐਡਮਿਨਿਸਟ੍ਰੇਟਰ ਨੇ, ਪ੍ਰਸ਼ਾਸਕ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਟਿਕਟ ਦੀ ਦਾਅਵੇਦਾਰੀ ਬੀਜੇਪੀ ਦੇ ਵਿੱਚ ਗਈ। ਹੁਣ ਆਉਣ ਵਾਲਾ ਵਕਤ ਹੈ ਜਿਹੜਾ ਇਹ ਬਹੁਤ ਜ਼ਿਆਦਾ ਬੀਜੇਪੀ ਦੀ ਉਮੀਦਵਾਰਾਂ ਦੇ ਪੱਖੋਂ ਵੀ ਦਿਲਚਸਪ ਬਣਨ ਵਾਲਾ ਹੈ। ਹੁਣ ਇਹਨਾਂ ਦੀ ਦੂਸਰੀ ਖਬਰ ਹੈ ਜਿਹਦੇ 'ਤੇ ਮੈਂ ਗੱਲ ਕਰਾਂ, ਅਰਵਿੰਦ ਕੇਜਰੀਵਾਲ ਵਾਪਸ ਦਿੱਲੀ ਚਲੇ ਗਏ ਨੇ। ਸਾਨੂੰ ਪਤਾ ਹੈ ਹੁਸ਼ਿਆਰਪੁਰ ਨੇੜੇ ਉਹ ਵਿਪਾਸਨਾ ਸੈਂਟਰ ਦੇ ਵਿਖੇ ਮੈਡੀਟੇਸ਼ਨ ਦੇ ਉੱਤੇ ਰੁੱਝੇ ਹੋਏ ਸੀ, ਪਰ ਹੁਣ ਉਹ ਵਾਪਸ ਚਲੇ ਗਏ ਨੇ ਦਿੱਲੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਦਿੱਲੀ ਵਾਪਸੀ ਤੋਂ ਪਹਿਲਾਂ ਉਹਨਾਂ ਨੇ ਵੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ। 10 ਦਿਨ ਇਸ ਕੈਂਪ ਦੇ ਵਿੱਚ ਅਰਵਿੰਦ ਕੇਜਰੀਵਾਲ ਰਹੇ। ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ 21 ਦਸੰਬਰ ਨੂੰ ED ਨੇ ਪੇਸ਼ ਹੋਣ ਲਈ ਸੰਮਨ ਕੀਤਾ ਸੀ, ਪਰ ਉਹ ਨਹੀਂ ਪੇਸ਼ ਹੋਏ। ਉਹਨਾਂ ਨੇ ਕਿਹਾ ਸੀ ਕਿ ਇਹ ਸੰਮਨ ਵਾਪਸ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹ ਪੰਜਾਬ ਆ ਗਏ, ਉਸ ਤੋਂ ਬਾਅਦ ਵੀ ED ਨੇ ਸੰਮਨ ਕੀਤਾ, ਪਰ ਕਿਉਂਕਿ ਉਹ ਆਪਣੇ ਧਿਆਨ ਦੇ ਵਿੱਚ ਸੀ, ਮੈਡੀਟੇਸ਼ਨ ਦੇ ਵਿੱਚ ਸੀ। ਹੁਣ ED ਵੱਲੋਂ ਉਹਨਾਂ ਨੂੰ ਦੁਬਾਰਾ 3 ਜਨਵਰੀ ਲਈ ਪੇਸ਼ ਹੋਣ ਲਈ ਕਿਹਾ ਗਿਆ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੱਲ੍ਹ ਅਰਵਿੰਦ ਕੇਜਰੀਵਾਲ ਵਾਪਸ ਦਿੱਲੀ ਪਹੁੰਚ ਗਏ ਨੇ, ਹੁਣ ਇਸ ਮਾਮਲੇ 'ਤੇ ਉਹਨਾਂ ਦਾ ਰੁੱਖ ਕੀ ਰਹਿੰਦਾ ਹੈ? 10 ਦਿਨ ਧਿਆਨ ਵਿੱਚ ਰਹਿਣ ਤੋਂ ਬਾਅਦ ਉਹਨਾਂ ਦਾ ਰੁੱਖ ਕੀ ਰਹਿੰਦਾ? ਕੀ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਣਗੇ ਜਾਂ ਉਹ ਇੱਕ ਵਾਰ ਫਿਰ ਇਨਕਾਰ ਕਰਨਗੇ? 3 ਜਨਵਰੀ ਦੇ ED ਵੱਲੋਂ ਮੁੜ ਪੇਸ਼ ਹੋਣ ਦੇ ਸੰਮਨ ਨੇ, 3 ਜਨਵਰੀ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕੋਈ ਵੱਡੀ ਕਾਰਵਾਈ ਵੀ ਹੋ ਸਕਦੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ, ਵਲੰਟੀਅਰ, ਵਰਕਰ, ਦਿੱਲੀ ਦੇ ਆਮ ਲੋਕ ਪਹਿਲਾਂ ਹੀ ਇਹ ਖਦਸ਼ੇ ਪ੍ਰਗਟ ਕਰ ਚੁੱਕੇ ਨੇ ਕਿ ਅਗਰ ਅਰਵਿੰਦ ਕੇਜਰੀਵਾਲ ਵਾਰ ਵਾਰ ਸੱਦੇ ਜਾਣ 'ਤੇ ਵੀ ਪੇਸ਼ ਨਹੀਂ ਹੋਣਗੇ ਤਾਂ ED ਉਹਨਾਂ ਨੂੰ ਹਿਰਾਸਤ 'ਚ ਲੈ ਸਕਦੀ ਹੈ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੱਕ ਹੋ ਸਕਦੀ ਹੈ। ਇਹ ਸਮਾਂ ਉਹ ਹੈ ਜਦੋਂ ਇੰਡੀਆ ਗਠਬੰਧਨ ਦੇ ਪੱਖੋਂ ਵੀ ਅਰਵਿੰਦ ਕੇਜਰੀਵਾਲ 'ਤੇ ਬਹੁਤ ਵੱਡੀ ਜ਼ਿੰਮੇਦਾਰੀ ਹੈ। ਜਦੋਂ ਆਮ ਆਦਮੀ ਪਾਰਟੀ ਸੀਟ ਸ਼ੇਅਰਿੰਗ ਦੀਆਂ ਮੀਟਿੰਗਾਂ ਦੇ ਵਿੱਚ ਹਿੱਸਾ ਲੈਣ ਵਾਲੀ ਹੈ, ਹਾਲਾਂਕਿ ਉਹਦੇ ਲਈ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਰਾਘਵ ਚੱਡਾ ਸਾਰੇ ਲੀਡਰ ਨੇ ਜਿਹੜੇ ਇਹ ਉਪਲਬਧ ਨੇ। ਅਗਰ ਅਰਵਿੰਦ ਕੇਜਰੀਵਾਲ ਹਿਰਾਸਤ 'ਚ ਵੀ ਲੈ ਜਾਂਦੇ ਨੇ ਤਾਂ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੋਂ ਬਾਅਦ ਦੂਸਰੇ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ, ਜਿਹੜੇ ਮੁੱਖ ਮੰਤਰੀ ਵੀ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਰਾਘਵ ਚੱਡਾ, ਜਿਹਨਾਂ ਨੂੰ ਕੀ ਹੁਣ ਉਹ ਬਣਾਉਣਾ ਚਾਹੁੰਦੇ ਨੇ ਇੰਟਰਿਮ ਪ੍ਰੈਜੀਡੈਂਟ, ਅੰਤਰਿਮ ਪ੍ਰੈਜੀਡੈਂਟ ਪਾਰਟੀ ਦਾ ਰਾਜ ਸਭਾ ਦੇ ਵਿੱਚ। ਹਾਲਾਂਕਿ ਉਹ ਚਿੱਠੀ 'ਤੇ ਕੁਝ ਓਬਜੈਕਸ਼ਨ ਹੈ ਜਿਹੜੀਆਂ ਉਹ ਉਪ ਰਾਸ਼ਟਰਪਤੀ ਵੱਲੋਂ ਲਾਈਆਂ ਗਈਆਂ ਨੇ, ਜਿਹੜੇ ਕਿ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਨੇ, ਉਪ ਸਭਾਪਤੀ ਵੀ ਹੁੰਦੇ ਨੇ।
ਸੋ ਇਹ ਹਜੇ ਤੈਅ ਨਹੀਂ ਹੈ ਕਿ ਰਾਘਵ ਚੱਡਾ ਰਾਜ ਸਭਾ ਦੇ ਵਿੱਚ ਅੰਤਰਿਮ ਪ੍ਰਧਾਨ ਪਾਰਟੀ ਦੇ ਹੁਣੇ ਬਣਨਗੇ ਜਾਂ ਉਹਦੇ 'ਚ ਵਕਤ ਰਹੇਗਾ। ਪਰ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ, ਰਾਘਵ ਚੱਡਾ ਇਹ ਦੋ ਅਜਿਹੇ ਚਿਹਰੇ ਨੇ ਜਿਹੜੇ ਕਾਂਗਰਸ ਨਾਲ ਔਰ ਇੰਡੀਆ ਗਠਬੰਧਨ ਦੇ ਵਿੱਚ ਸੀਟ ਸ਼ੇਅਰਿੰਗ ਦੀ ਗੱਲਬਾਤ ਅੱਗੇ ਵਧਾਉਣਗੇ। ਇਹ ਵੀ ਚਰਚਾਵਾਂ ਨੇ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਪੰਜਾਬ ਦੇ ਵਿੱਚ ਸੀਟ ਸ਼ੇਅਰਿੰਗ ਦੇ ਉੱਤੇ ਕਾਂਗਰਸ ਦੇ ਨਾਲ ਜੋ ਵੀ ਫੈਸਲਾ ਕਰਨਾ ਉਹਦੇ 'ਤੇ ਆਪਣੀ ਇੱਕ ਰਾਏ ਬਣਾ ਚੁੱਕੇ ਨੇ। ਸਭ ਤੋਂ ਵੱਡੀ ਰਾਏ ਜਿਹੜੀ ਮੰਨੀ ਜਾ ਰਹੀ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਆਪਣੇ ਦਮ 'ਤੇ ਪੰਜਾਬ ਦੀਆਂ 13 ਸੀਟਾਂ ਲੜੇਗੀ, ਕਿਉਂਕਿ ਕਾਂਗਰਸ ਪਾਰਟੀ ਦੇ ਹਾਈਕਮਾਂਡ ਵਿਰੋਧੀ ਲੀਡਰਾਂ ਨੇ ਖੁਦ ਹੀ ਐਲਾਨ ਕਰ ਰੱਖੇ ਨੇ ਕਿ ਉਹ ਕਿਸੇ ਕੀਮਤ 'ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਗੇ। ਜਦੋਂ ਪੰਜਾਬ ਦੀ ਇਕਾਈ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨ ਦੇ ਪੱਖ 'ਚ ਨਹੀਂ ਹੈ ਤੇ ਭਗਵੰਤ ਮਾਨ ਦੇ ਲਈ ਇਹ ਫੈਸਲਾ ਹੋਰ ਵੀ ਆਸਾਨ ਹੋ ਜਾਂਦਾ ਹੈ ਕਿ ਉਹ 13 ਦੀਆਂ 13 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰਨਗੇ। ਹੁਣ ਦੂਸਰਾ ਪੱਖ ਹੈ, ਅਗਰ ਕਾਂਗਰਸ ਸਮਝੌਤਾ ਪੰਜਾਬ 'ਚ ਕਰਨਾ ਚਾਹੇਗੀ, ਆਮ ਆਦਮੀ ਪਾਰਟੀ ਨਾਲ ਮਿਲ ਕੇ ਲੜਨਾ ਚਾਹੇਗੀ, ਤੇ ਫਿਰ ਪੰਜਾਬ ਦੇ ਪ੍ਰਧਾਨ ਨੂੰ, ਲੀਡਰ ਆਫ ਓਪੋਜੀਸ਼ਨ ਨੂੰ ਤੇ ਹੋਰ ਲੀਡਰਾਂ ਨੂੰ ਜਿਹੜੇ ਲਗਾਤਾਰ ਆਪ ਨਾਲ ਸਮਝੌਤੇ ਦਾ ਵਿਰੋਧ ਕਰਦੇ ਨੇ, ਉਹਨਾਂ ਨੂੰ ਆਪ ਚੱਲ ਕੇ ਭਗਵੰਤ ਮਾਨ ਕੋਲੇ ਜਾਣਾ ਪਏਗਾ ਕਿ ਅਸੀਂ ਤੁਹਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ। ਇਹ ਜਿਹੜੀ ਸਥਿਤੀ ਹੈ ਇਹ ਬਹੁਤ ਜ਼ਿਆਦਾ ਔਖੀ ਸਥਿਤੀ ਹੋਏਗੀ ਰਾਜਾ ਵੜਿੰਗ ਲਈ ਔਰ ਪ੍ਰਤਾਪ ਸਿੰਘ ਬਾਜਵਾ ਲਈ। ਅਗਰ ਹਾਈਕਮਾਂਡ ਉਹਨਾਂ ਨੂੰ ਕਹੇ ਕਿ ਅਸੀਂ ਆਪ ਨਾਲ ਸਮਝੌਤਾ ਕਰਨਾ ਚਾਹੁੰਦੇ ਹਾਂ ਤੇ ਭਗਵੰਤ ਮਾਨ ਤਦ ਤੱਕ ਸਮਝੌਤਾ ਨਹੀਂ ਕਰਨਗੇ ਜਦੋਂ ਤੱਕ ਪ੍ਰਤਾਪ ਬਾਜਵਾ ਔਰ ਰਾਜਾ ਵੜਿੰਗ ਆਪ ਪੰਜਾਬ ਦੀ ਇਕਾਈ ਦੇ ਪ੍ਰਧਾਨ ਦੇ ਤੌਰ 'ਤੇ, LOP ਦੇ ਤੌਰ 'ਤੇ, ਆਮ ਆਦਮੀ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਕੋਆਰਡੀਨੇਟਰ ਭਗਵੰਤ ਮਾਨ ਦੇ ਨਾਲ ਗੱਲਬਾਤ ਨਹੀਂ ਤੋੜਨਗੇ। ਸੋ ਉਹ ਦੋਵੇਂ ਲੀਡਰ ਮੈਨੂੰ ਨਹੀਂ ਲੱਗਦਾ ਕਿ ਜਾਣਗੇ, ਕਿਉਂਕਿ ਉਹਨਾਂ ਦਾ ਸਟੈਂਡ ਬੜਾ ਸਖ਼ਤ ਹੈ। ਅਜਿਹੇ ਹਾਲਾਤਾਂ 'ਚ ਭਗਵੰਤ ਮਾਨ ਦੇ ਲਈ 13 ਦੀਆਂ 13 ਸੀਟਾਂ ਆਪਣੇ ਪੱਧਰ 'ਤੇ ਲੜਨ ਦਾ ਰਸਤਾ ਸਾਫ਼ ਹੋ ਸਕਦਾ ਹੈ, ਭਾਵੇਂ ਕਾਂਗਰਸ ਦੀ ਹਾਈਕਮਾਂਡ ਚਾਹੁੰਦੀ ਹੋਵੇ ਕਿ ਅਸੀਂ ਮਿਲ ਕੇ ਚੋਣਾਂ ਲੜਨੀਆਂ ਨੇ। ਉਂਝ ਸਿਆਸਤ ਹੈ, ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਜਿਹੜੀ ਸਿਆਸਤ ਹੈ ਉਹ ਕਾਂਗਰਸ ਦੇ ਕੁਝ ਲੀਡਰਾਂ ਦੀ ਸਿਆਸਤ ਨਾਲੋਂ ਜ਼ਿਆਦਾ ਹੈਰਾਨ ਕਰਨ ਵਾਲੀ ਹੈ। ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਨੇ ਤਾਂ ਮਮਤਾ ਬੈਨਰਜੀ ਦੇ ਉਸ ਪ੍ਰਸਤਾਵ ਦਾ ਸਮਰਥਨ ਕਰ ਦਿੱਤਾ ਸੀ ਜਿਹਦੇ ਵਿੱਚ ਉਹ ਮਲਕਿਆਰਜਨ ਖੜਗੇ ਨੂੰ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਤੌਰ 'ਤੇ ਦੇਖਣਾ ਚਾਹੁੰਦੇ ਸੀ। ਹਾਲਾਂਕਿ ਕਾਂਗਰਸ ਦੇ ਲੀਡਰਾਂ ਵੱਲੋਂ ਖੁੱਲ੍ਹ ਕੇ ਸਮਰਥਨ ਨਹੀਂ ਆਇਆ। ਹਾਲਾਂਕਿ ਮਲਕਿਆਰਜਨ ਖੜਗੇ ਨੇ ਖੁਦ ਵੀ ਇਸ ਗੱਲ ਨੂੰ ਰੋਕ ਦਿੱਤਾ ਸੀ, ਉਹਨਾਂ ਨੇ ਕਿਹਾ ਸੀ ਕਿ ਇਹ ਬਾਅਦ ਦੇ ਵਿੱਚ ਤੈਅ ਹੋਏਗਾ। ਪਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਸੀਟਾਂ 'ਤੇ ਇਕੱਲਾ ਲੜਨ ਦੀ ਚਾਹਵਾਨ ਹੈ। ਇਸ ਤਰੀਕੇ ਦੀਆਂ ਖਬਰਾਂ ਹੁਣ ਖੂਬ ਚਰਚਾ ਦੇ ਵਿੱਚ ਨੇ, ਕਿਉਂਕਿ BJP ਔਰ ਅਕਾਲੀ ਦਲ ਅਗਰ ਸਮਝੌਤੇ 'ਚ ਨਹੀਂ ਆਉਂਦੇ ਔਰ ਅਗਰ ਕਾਂਗਰਸ ਦੇ ਵਿੱਚ ਇਸੇ ਤਰ੍ਹਾਂ ਗੁੱਟਬਾਜ਼ੀ, ਧੜੇਬਾਜ਼ੀ ਬਰਕਰਾਰ ਰਹਿੰਦੀ ਹੈ ਤਾਂ ਭਗਵੰਤ ਮਾਨ ਦੇ ਲਈ 13-0 ਦਾ ਟਾਰਗੇਟ ਹੈ ਜਿਹੜਾ ਭਗਵੰਤ ਮਾਨ ਦੇ ਲਈ ਉਹ ਇੱਕੋ ਇੱਕ ਟਾਰਗੇਟ ਹੋਏਗਾ ਕਿ ਮੈਂ 13-0 'ਤੇ ਅੱਗੇ ਵਧਾਂ। ਰਿਜ਼ਲਟ ਕੀ ਆਉਂਦਾ ਉਹ ਬਾਅਦ ਦੀ ਗੱਲ ਹੈ, ਪਰ ਭਗਵੰਤ ਮਾਨ ਦੇ ਲਈ ਰਾਹ ਆਸਾਨ ਹੋਏਗਾ। ਦੂਸਰੇ ਪਾਸੇ ਪਹਿਲੇ ਹਫ਼ਤੇ ਹੁਣ ਇਹ ਤੈਅ ਹੋਣਾ ਹੈ ਕਿ ਇੰਡੀਆ ਗਠਬੰਧਨ ਦੀਆਂ ਮੀਟਿੰਗਾਂ ਦੇ ਵਿੱਚ ਕਿਹੜੇ ਕਿਹੜੇ ਸੂਬਿਆਂ ਦੀ ਸੀਟ ਸ਼ੇਅਰਿੰਗ ਤੈਅ ਹੋਣੀ ਹੈ। ਸਭ ਤੋਂ ਪਹਿਲਾਂ 14 ਜਨਵਰੀ ਤੋਂ ਰਾਹੁਲ ਗਾਂਧੀ ਯਾਤਰਾ 'ਤੇ ਨੇ, ਉਸ ਤੋਂ ਪਹਿਲਾਂ ਕਾਂਗਰਸ ਸੀਟਾਂ ਵੰਡਣਾ ਚਾਹੁੰਦੀ ਹੈ। ਸੋ ਇਹ ਦਿਨ ਕਾਂਗਰਸ ਦੇ ਲਈ ਵੀ ਔਰ ਆਮ ਆਦਮੀ ਪਾਰਟੀ ਦੇ ਲਈ ਵੀ ਬੜੇ ਅਹਿਮ ਰਹਿਣ ਵਾਲੇ ਨੇ ਅਗਲੇ ਕੁਝ ਦਿਨ। ਉਧਰ ਅਖੀਰ 'ਚ ਮੈਂ ਜੇ ਪੰਜਾਬ ਦੀਆਂ ਕੁਝ ਖਬਰਾਂ ਦੀ ਗੱਲ ਕਰਾਂ ਤੇ ਜਿਹੜਾ ਝਾਕੀਆਂ ਦਾ ਵਿਵਾਦ ਹੈ ਉਹ ਉਸੇ ਤਰ੍ਹਾਂ ਬਰਕਰਾਰ ਹੈ। ਸੁਨੀਲ ਜਾਖੜ ਦੇ ਬਿਆਨ ਮੀਡੀਆ ਦੇ ਵਿੱਚ ਨੇ ਕਿ ਮੈਂ ਆਪਣੇ ਬਿਆਨ 'ਤੇ ਕਾਇਮ ਹਾਂ, ਭਗਵੰਤ ਮਾਨ ਨੇ ਸਾਫ਼ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਦੇ ਨਾਲ ਕਿਤੇ ਨਾ ਕਿਤੇ ਕੇਂਦਰ ਵੱਲੋਂ ਤੱਕ ਹੈ। ਉਂਝ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇਹ ਦੱਸਿਆ ਜਾ ਰਿਹਾ
ਕਿ ਸਿਰਫ ਪੰਜਾਬ ਨਹੀਂ ਦਿੱਲੀ ਦੀਆਂ ਝਾਕੀਆਂ ਨੂੰ ਵੀ ਇਸ ਵਾਰ ਗਣਤੰਤਰ ਦਿਵਸ ਪਰੇਡ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ। ਇਸ ਮਸਲੇ 'ਤੇ ਭਗਵੰਤ ਮਾਨ ਵੱਡੀ ਰਣਨੀਤੀ ਬਣਾ ਰਹੇ ਨੇ, ਜਿਹੜੀਆਂ ਝਾਕੀਆਂ ਗਣਤੰਤਰ ਦਿਵਸ ਪਰੇਡ ਲਈ ਭੇਜੀਆਂ ਜਾਣੀਆਂ ਸੀ ਉਹਨਾਂ ਨੂੰ ਨਾ ਕੇਵਲ ਪੰਜਾਬ ਦੇ ਵਿੱਚ ਲੋਕਾਂ ਦੇ ਦਰਸ਼ਨਾਂ ਲਈ ਭੇਜਿਆ ਜਾਏਗਾ, ਬਲਕਿ ਦਿੱਲੀ ਦੇ ਪੰਜਾਬ ਭਵਨ ਦੇ ਵਿੱਚ ਵੀ ਝਾਕੀਆਂ ਨੂੰ ਭੇਜਣ ਦਾ ਫੈਸਲਾ ਕੀਤਾ ਗਿਆ। ਇਹ ਵੀ ਹੋ ਸਕਦਾ ਹੈ ਕਿ ਦਿੱਲੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦਿੱਲੀ ਦੀਆਂ ਵੱਖ ਵੱਖ ਥਾਵਾਂ 'ਤੇ ਇਹਨਾਂ ਝਾਕੀਆਂ ਨੂੰ ਲੋਕਾਂ ਦੇ ਦਰਸ਼ਨਾਂ ਦੇ ਲਈ ਰੱਖਣ। ਦੂਜੇ ਪਾਸੇ ਭਗਵੰਤ ਮਾਨ ਨੇ ਆਪਣੇ ਨਵੇਂ ਸਪੈਸ਼ਲ ਚੀਫ ਸੈਕਟਰੀ ਨਿਯੁਕਤ ਕੀਤੇ ਨੇ ਵਿਜੇ ਕੁਮਾਰ, ਜਿਹੜੇ ਕਿ ਸੀਨੀਅਰ IAS ਅਫਸਰ ਨੇ, ਇਸ ਵਕਤ ਕੇਂਦਰ ਵਿੱਚ ਡੈਪੂਟੇਸ਼ਨ 'ਤੇ ਸੀ। ਉਹਨਾਂ ਨੂੰ ਪੰਜਾਬ ਦੇ ਵਿੱਚ ਸਪੈਸ਼ਲ ਚੀਫ ਸੈਕਟਰੀ ਦੀ ਜ਼ਿੰਮੇਵਾਰੀ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੌਂਪੀ ਹੈ। ਇਹ ਜ਼ਿੰਮੇਵਾਰੀ ਕਾਫੀ ਵੱਡੀ ਜ਼ਿੰਮੇਵਾਰੀ ਇਸ ਵਕਤ ਦੇਖੀ ਜਾ ਰਹੀ ਹੈ। IAS ਵਿਜੇ ਕੁਮਾਰ ਮੌਜੂਦਾ ਜਿਹੜੀ ਪੰਜਾਬ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਸਾਰਿਆਂ ਤੋਂ ਸੀਨੀਅਰ ਅਧਿਕਾਰੀ ਦੇ ਤੌਰ ਦੇ ਉੱਤੇ ਮੰਨੇ ਜਾਂਦੇ ਨੇ। ਪਰ ਅਨੁਰਾਗ ਵਰਮਾ ਇਸ ਵਕਤ ਪੰਜਾਬ ਦੇ ਵਿੱਚ ਮੁੱਖ ਸਕੱਤਰ ਨੇ, ਚੀਫ ਸੈਕਟਰੀ ਨੇ ਪੰਜਾਬ ਸਰਕਾਰ ਦੇ, ਜਦਕਿ ਵਿਜੇ ਕੁਮਾਰ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਸਪੈਸ਼ਲ ਚੀਫ ਸੈਕਟਰੀ ਬਣਾਇਆ ਗਿਆ। ਸੋ ਆਉਂਦੇ ਦਿਨਾਂ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਵੱਡੇ ਫੈਸਲੇ ਪੰਜਾਬ ਨਾਲ ਸੰਬੰਧਿਤ ਕਰ ਸਕਦੇ ਨੇ, ਕਿਉਂਕਿ ਸ਼ਹੀਦੀ ਹਫ਼ਤਾ ਚੱਲ ਰਿਹਾ ਸੀ, ਜਿਸ ਕਰਕੇ ਕਿਸੇ ਵੀ ਤਰ੍ਹਾਂ ਦੇ ਉਹਨਾਂ ਨੇ ਖੁੱਲ੍ਹੇ ਸਮਾਗਮਾਂ ਦੇ ਵਿੱਚ ਹਿੱਸਾ ਨਹੀਂ ਲਿਆ, ਲੋਕ ਜਿਹੜੀਆਂ ਰੈਲੀਆਂ ਸੀ ਉਹਨਾਂ ਦੇ ਵਿੱਚ ਹਿੱਸਾ ਨਹੀਂ ਲਿਆ। ਹਾਲਾਂਕਿ ਫਤਿਹਗੜ੍ਹ ਸਾਹਿਬ ਜ਼ਰੂਰ ਸ਼ਰਧਾ ਦੇ ਫੁੱਲ ਚੜਾਉਣ ਗਏ, ਛੋਟੇ ਸਾਹਿਬਜ਼ਾਦਿਆਂ ਦੇ ਸਨਮੁੱਖ ਮੱਥਾ ਟੇਕਿਆ ਉਹਨਾਂ ਨੇ। ਔਰ ਇਹਦੇ ਨਾਲ ਨਾਲ ਅਖੀਰ 'ਚ ਮੈਂ ਵਿਕਰਮ ਮਜੀਠੀਆ ਦੀ ਖਬਰ ਜ਼ਰੂਰ ਲੈ ਲਾਂ। ਵਿਕਰਮ ਸਿੰਘ ਮਜੀਠੀਆ ਕੱਲ੍ਹ ਇੱਕ ਵਾਰ ਫਿਰ ਸਿੱਟ ਅੱਗੇ ਪੇਸ਼ ਹੋਏ, ਹਾਲਾਂਕਿ ਉਹ ਸਿੱਟ ਅੱਗੇ ਪੇਸ਼ ਨਹੀਂ ਸੀ ਹੋਣਾ ਚਾਹੁੰਦੇ। ਉਹਨਾਂ ਨੇ ਕਿਹਾ ਸੀ ਕਿ ਉਹ ਕਹਿ ਕੇ ਆਏ ਨੇ ਸਿੱਟ ਨੂੰ ਕਿ ਸ਼ਹੀਦੀ ਹਫ਼ਤੇ ਤੋਂ ਬਾਅਦ ਹੀ ਉਹਨਾਂ ਨੂੰ ਸੱਦਿਆ ਜਾਵੇ, ਪਰ ਸਿੱਟ ਵੱਲੋਂ ਪਹਿਲਾਂ ਉਹਨਾਂ ਨੂੰ 27 ਦਸੰਬਰ ਨੂੰ ਸੱਦਿਆ ਗਿਆ ਅਤੇ ਫਿਰ 30 ਦਸੰਬਰ। ਸੋ ਕੱਲ੍ਹ ਵਿਕਰਮ ਸਿੰਘ ਮਜੀਠੀਆ ਪੇਸ਼ ਹੋਏ। ਉਹਨਾਂ ਨੇ ਪੇਸ਼ ਹੋਣ ਤੋਂ ਪਹਿਲਾਂ ਵੀ ਇਹ ਕਿਹਾ ਕਿ ਮੈਨੂੰ ਝੂਠੇ ਕੇਸ 'ਚ ਫਸਣ ਦਾ ਖਤਰਾ ਹੈ, ਮੈਨੂੰ ਫਸਾ ਸਕਦੇ ਨੇ, ਇਸ ਕਰਕੇ ਮੈਂ ਆਪ ਪੇਸ਼ ਹੋਣ ਆਇਆ। ਅਤੇ ਪੁੱਛਗਿੱਛ ਤੋਂ ਬਾਅਦ, ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੇ ਫਿਰ ਆਪਣੀ ਗੱਲ ਦੁਹਰਾਈ ਕਿ ਮੈਂ ਬੇਕਸੂਰ ਹਾਂ, ਮੈਨੂੰ ਰਾਜਨੀਤਿਕ ਰੰਜਿਸ਼ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ। ਹਾਲਾਂਕਿ ਮੁਖਵਿੰਦਰ ਸਿੰਘ ਚੀਨਾ, ਜਿਹੜੇ ਕਿ ਸਿੱਟ ਦੇ ਮੁਖੀ ਨੇ, ਉਹ ਅੱਜ ਵੀ ਕੰਮ ਕਰਨਗੇ 31 ਦਸੰਬਰ ਨੂੰ। ਅੱਜ ਉਹਨਾਂ ਨੇ ਰਿਟਾਇਰ ਹੋਣਾ ਹੈ ਔਰ ਕੱਲ੍ਹ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ 31 ਦਸੰਬਰ ਨੂੰ ਵੀ ਆਪਣੇ ਦਫ਼ਤਰ ਦੇ ਵਿੱਚ ਕੰਮ ਕਾਜ ਕਰਨਗੇ। ਸੋ ਸਿੱਟ ਦੀ ਜਿਹੜੀ ਕਾਰਵਾਈ ਹੈ ਉਹਦੇ 'ਤੇ ਵੀ ਸਭ ਦੀ ਨਜ਼ਰ ਜਿਹੜੀ ਹੈ ਉਹ ਬਰਕਰਾਰ ਰਹੇਗੀ ਔਰ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਰਾਜਨੀਤੀ, ਜਿੱਦਾਂ ਹੀ 1 ਜਨਵਰੀ ਤੋਂ ਭਗਵੰਤ ਮਾਨ ਸਰਗਰਮ ਹੋਣਗੇ, ਖੁੱਲ੍ਹੇ ਮੰਚਾਂ 'ਤੇ ਬੋਲਣਗੇ, ਅਤੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮ ਹੋਏਗੀ। ਕਿਸ ਦਿਸ਼ਾ 'ਚ ਪੰਜਾਬ ਦੀ ਸਿਆਸਤ ਵਹੇਗੀ, ਕਿਸ ਤਰ੍ਹਾਂ ਦੇ ਨਵੇਂ ਟਾਰਗੇਟ ਲੈ ਕੇ ਸਿਆਸਤ 'ਚ ਭਗਵੰਤ ਮਾਨ ਆਉਣਗੇ, ਕਿਉਂਕਿ ਅੱਜ ਕੱਲ੍ਹ ਪੰਜਾਬ ਦੀ ਸਿਆਸਤ ਦਾ ਨਰੇਟਿਵ ਭਗਵੰਤ ਮਾਨ ਵੀ ਤੈਅ ਕਰਦੇ ਨੇ। ਜਦੋਂ ਵਿਰੋਧੀ ਧਿਰਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਟਬਾਜ਼ੀ ਹੈ, ਅਕਾਲੀ ਦਲ ਪੁਰਾਣੇ ਰੁੱਸਿਆਂ ਨੂੰ ਮਨਾਉਣ ਦੇ ਯਤਨਾਂ 'ਚ ਹੈ, BJP ਨਾਲ ਅਕਾਲੀ ਦਲ ਦਾ ਸਮਝੌਤਾ ਹੁੰਦਾ ਜਾਂ ਨਹੀਂ ਹੁੰਦਾ ਇਹ ਵੱਖਰੀ ਤਰ੍ਹਾਂ ਦਾ ਸਵਾਲ ਹੈ। BJP ਵੀ ਕਾਂਗਰਸ ਤੋਂ ਆਏ ਲੀਡਰਾਂ ਕਰਕੇ ਅੰਦਰ ਖਾਤੇ ਕਿਤੇ ਨਾ ਕਿਤੇ ਦੁਚਿੱਤੀ 'ਚ ਹੈ। ਅਕਾਲੀ ਦਲ ਕੋਲ ਵੀ ਇਸ ਵਕਤ ਉਸ ਤਰ੍ਹਾਂ ਦੇ ਚਿਹਰੇ ਨਹੀਂ ਹੈ ਜਿਹੜੇ ਜੇਤੂ ਨਜ਼ਰ ਆਉਂਦੇ ਹੋਣ, ਉਹ ਪੁਰਾਣਿਆਂ ਨੂੰ ਵਾਪਸ ਲਿਆਉਣ ਦੇ ਯਤਨਾਂ 'ਚ ਹੈ ਔਰ ਕਾਂਗਰਸ ਦੇ ਵਿੱਚ ਗੁੱਟਬਾਜ਼ੀ ਅਤੇ ਅੰਦਰੂਨੀ ਕਲੇਸ਼ ਇਹ ਵੀ ਸਾਰਿਆਂ ਦੇ ਸਾਹਮਣੇ ਹੈ। ਅਜਿਹੇ ਹਾਲਾਤਾਂ 'ਚ ਭਗਵੰਤ ਮਾਨ ਆਪਣੀ ਮਰਜ਼ੀ ਮੁਤਾਬਕ ਪੰਜਾਬ ਦੇ ਵਿੱਚ ਹਵਾ ਦਾ ਰੁੱਖ ਬਦਲ ਸਕਦੇ ਨੇ। ਮੌਜੂਦਾ ਸਮੇਂ 'ਚ ਕੋਈ ਵੀ ਵੱਡੀ ਚੁਣੌਤੀ ਭਗਵੰਤ ਮਾਨ ਸਾਹਮਣੇ ਨਜ਼ਰ ਨਹੀਂ ਆਉਂਦੀ।
ਅਗਰ ਕਾਂਗਰਸ ਆਪਣੀ ਲੀਡਰਸ਼ਿਪ 'ਚ ਤਬਦੀਲੀ ਕਰਦੀ ਹੈ ਆਉਂਦੇ ਦਿਨਾਂ 'ਚ ਜਿਹਦੀ ਸੰਭਾਵਨਾ ਹੈ, ਫਿਰ ਪੰਜਾਬ ਦਾ ਮਾਹੌਲ ਬਦਲ ਸਕਦਾ। ਪਰ ਅਗਰ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਹੁੰਦਾ, ਫਿਰ ਲੀਡਰਸ਼ਿਪ ਤਬਦੀਲੀ ਦੀ ਸੰਭਾਵਨਾ ਵੀ ਪੰਜਾਬ ਕਾਂਗਰਸ ਵਿੱਚ ਘੱਟਦੀ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ, ਆਪਣੇ ਕੀਮਤੀ ਸੁਝਾਅ, ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ। ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ।